ਕੁੜੀ ਛੱਡਦੀ ਨੂੰ ਹਰ ਕੋਈ ਸਲਾਮਾ ਕਰਦਾ ਛੱਡ ਗਈ ਜ਼ਿੰਦਗੀ ਨੂੰ ਕਦੇ ਕਹਿ ਕੇ ਅੱਜ ਫੜ ਤੇਰਾ ਲੁਧਿਆਣੇ ਵਾਲਾ ਵੀ ਕਮਾਲ ਕਰਦਾ ਨੀ ਛੱਡ ਗਈ ਜ਼ਿੰਦਗੀ ਨੂੰ ਕਦੇ ਕਹਿ ਕੇ ਅੱਜ ਫੜ ਤੇਰਾ ਲੁਧਿਆਣੇ ਦੋਸਤੋ। ਅੱਜ ਦੀ ਪੰਜਾਬੀ ਗਾਇਕੀ ਪੈਸੇ ਦਾ ਖੇਡ ਬਣ ਕੇ ਰਹਿ ਗਈ। ਆਪਾਂ ਜਾਣਦੇ ਹਾਂ ਕਿ ਜੇਕਰ ਤੁਹਾਡੇ ਕੋਲ ਆਵਾਜ਼ ਨਹੀਂ ਚੰਗੀ, ਤੁਸੀਂ ਸੁਰ ਤਾਲ ਦੇ ਵਿੱਚ ਨਹੀਂ ਗਾਉਂਦੇ, ਤਾਂ ਸਟੂਡੀਓ ਦੇ ਵਿੱਚ ਤੁਹਾਡੀ ਉਹ ਆਵਾਜ਼ ਨੂੰ ਸੈਟਿੰਗ ਕਰਕੇ ਪੂਰੀ ਤਰ੍ਹਾਂ ਵਧੀਆ ਬਣਾ ਕੇ ਲੋਕਾਂ ਸਾਹਮਣੇ ਪੇਸ਼ ਕਰਦੇ ਆ, ਅਤੇ ਬਿਨਾਂ ਚੰਗੀ ਆਵਾਜ਼ ਤੋਂ ਅਤੇ ਬਿਨਾਂ ਮਿਹਨਤ ਕੀਤੇ ਵੀ ਤੁਸੀਂ ਸਟਾਰ ਬਣ ਸਕਦੇ ਹਾਂ। ਪਰ ਦੋਸਤੋ, ਅੱਜ ਆਪਾਂ ਜਿਹੜੇ ਬੰਦੇ ਦੀ ਤੁਹਾਡੇ ਨਾਲ ਗੱਲ ਕਰਨ ਜਾ ਰਹੇ ਹਾਂ, ਉਸ ਨੂੰ ਪਰਮਾਤਮਾ ਨੇ ਸ਼ਾਇਦ ਗਾਇਕੀ ਦੇ ਲਈ ਹੀ ਬਣਾਇਆ ਸੀ, ਪਰ ਪੈਸੇ ਦੇ ਜ਼ਮਾਨੇ ਦੇ ਵਿੱਚ ਸ਼ਾਇਦ ਉਸਦੀ ਗਾਇਕੀ ਦਾ ਅਤੇ ਉਸਦੀ ਆਵਾਜ਼ ਦਾ ਬਿਲਕੁਲ ਵੀ ਮੁੱਲ ਨਹੀਂ ਪਿਆ। ਦੋਸਤੋ, ਮੈਂ ਗੱਲ ਰਾਮਾ ਰਾਮਕੋਟ ਬਾਈ ਦੀ ਕਰ ਰਿਹਾ। ਦੋਸਤੋ, ਬਹੁਤ ਪਿਆਰੀ ਆਵਾਜ਼ ਹੈ, ਇੱਕ ਸਮਾਂ ਬੰਨਣ ਵਾਲੀ ਆਵਾਜ਼ ਆ। ਤੁਹਾਡੇ ਵਿੱਚੋਂ ਬਹੁਤ ਘੱਟ ਲੋਕਾਂ ਨੇ ਇੱਦਾਂ ਦੀ ਆਵਾਜ਼ ਕਿਸੇ ਟੌਪ ਦੇ ਸਿੰਗਰ ਦੁਆਰਾ ਵੀ ਸ਼ਾਇਦ ਲਾਈਵ ਨਾ ਸੁਣੀ ਹੋਵੇ। ਸੋ ਜਦੋਂ ਮੈਂ ਵੀ ਬਾਈ ਦੀ ਆਵਾਜ਼ ਪਹਿਲੀ ਵਾਰ ਸੁਣੀ ਸੀ, ਤਾਂ ਮੈਂ ਹੈਰਾਨ ਰਹਿ ਗਿਆ ਸੀ ਕਿ ਬਾਈ ਜੀ ਦੀ ਇੰਨੀ ਪਿਆਰੀ ਸੁਰੀਲੀ ਆਵਾਜ਼ ਆ। ਪਰ ਜਿਹੜੇ ਉਹਨਾਂ ਦੇ ਹਾਲਾਤ ਆ, ਘਰ ਦੇ ਹਾਲਾਤ ਆ ਜਾਂ ਆਪਣੇ ਹਾਲਾਤ ਆ, ਕਿਉਂਕਿ ਬਾਈ ਜੀ ਮਿਹਨਤ ਮਜ਼ਦੂਰੀ ਕਰਦੇ ਖੇਤਾਂ ਦੇ ਵਿੱਚ, ਤੜਕੇ ਤੋਂ ਸ਼ਾਮ ਤੱਕ ਉਹ ਮਿਹਨਤ ਮਜ਼ਦੂਰੀ ਦੇ ਨਾਲ ਆਪਣੇ ਪਰਿਵਾਰ ਦਾ ਪੇਟ ਬੜੇ ਮੁਸ਼ਕਲ ਨਾਲ ਪਾਲਦੇ ਆ। ਪਰ ਲੱਗਦਾ ਕਿ ਪਰਮਾਤਮਾ ਨੇ ਜਿਹੜੀ ਉਹਨਾਂ ਦੀ ਡਿਊਟੀ ਲਾਈ ਸੀ, ਉਹ ਲੋਕਾਂ ਦਾ ਆਪਣੀ ਸੁਰੀਲੀ ਆਵਾਜ਼ ਰਾਹੀਂ ਮਨੋਰੰਜਨ ਕਰਨ ਦੀ ਲਾਈ ਸੀ। ਸੋ ਆਪਾਂ ਰਾਮਾ ਰਾਮਕੋਟ ਦੀ ਇਸ ਵੀਡੀਓ ਰਾਹੀਂ ਗੱਲ ਕਰਨ ਵਾਲੇ ਹਾਂ ਕਿ ਰਾਮਾ ਰਾਮਕੋਟ ਕੌਣ ਆ, ਕਿਵੇਂ ਉਹਨਾਂ ਨੇ ਗਾਇਕੀ ਸਟਾਰਟ ਕੀਤੀ, ਕੀ ਕਾਰਨ ਰਿਹਾ ਕਿ ਇੰਨੇ ਸੁਰੀਲੇ ਸਿੰਗਰ ਹੋਣ ਦੇ ਬਾਵਜੂਦ ਵੀ ਰਾਮਾ ਰਾਮਕੋਟ ਅਜੇ ਵੀ ਇੱਕ ਛੋਟੇ ਜਿਹੇ ਪਰਿਵਾਰ ਦੇ ਵਿੱਚ ਅਤੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਸਿਮਟ ਕੇ ਰਹਿ ਚੁੱਕੇ ਆ। ਇਸ ਤੋਂ ਪਹਿਲਾਂ ਕਿ ਵੀਡੀਓ ਸ਼ੁਰੂ ਕਰੀਏ, ਵੀਰੇ ਮੈਂ ਆਪਣੇ ਬਾਰੇ ਜ਼ਰੂਰ ਦੱਸ ਦਿੰਦਾ, ਮੇਰਾ ਨਾਮ ਵੀਰੇ ਰਜਿੰਦਰ ਬਰਾੜ ਆ ਅਤੇ ਤੁਸੀਂ ਤੁਹਾਡਾ ਆਪਣਾ ਚੈਨਲ RB ਪੰਜਾਬੀ ਫਨ ਦੇਖ ਰਹੇ ਹਾਂ। ਰਾਮਾ ਰਾਮਕੋਟ ਦੇ ਜੇਕਰ ਤੁਸੀਂ ਗੀਤ ਸੁਣ ਚੁੱਕੇ ਹਾਂ, ਤਾਂ ਨੀਚੇ ਕਮੈਂਟ ਜ਼ਰੂਰ ਕਰ ਦਿਓ ਅਤੇ ਬਾਈ ਦਾ ਹੌਂਸਲਾ ਵਧਾਉਣ ਦੇ ਲਈ ਇੱਕ ਲਾਈਕ ਕਰਨਾ ਵੀ ਨਾ ਭੁੱਲੋ। ਜਿਨ੍ਹਾਂ ਵੀਰਾਂ ਨੇ ਬਾਈ ਜੀ ਦੀ ਗਾਇਕੀ ਨਹੀਂ ਦੇਖੀ, ਮੈਂ ਇਸ ਵੀਡੀਓ ਰਾਹੀਂ ਵੀ ਇੱਕ ਗੀਤ ਉਹਨਾਂ ਦਾ ਸ਼ੇਅਰ ਕਰ ਦੂੰਗਾ। ਸੋ ਬਿਨਾਂ ਟਾਈਮ ਗਵਾਏ ਆਪਾਂ ਬਾਈ ਜੀ ਬਾਰੇ ਗੱਲ ਕਰਦੇ ਹਾਂ। ਦੋਸਤੋ, ਰਾਮਾ ਰਾਮਕੋਟ ਦਾ ਜਿਹੜਾ ਅਸਲੀ ਸਾਜ਼ ਆ, ਉਹ ਕੋਈ ਬਹੁਤ ਮਹਿੰਗੇ ਹਾਰਮੋਨੀਅਮ ਜਾਂ ਢੋਲਕੀਆਂ ਨਹੀਂ, ਬਾਈ ਜੀ ਇੱਕ ਸਿੰਪਲ ਸਪਰੇਅ ਵਾਲੀ ਡਰੰਮੀ ਦੇ ਨਾਲ ਗਾਉਂਦੇ ਆ। ਡਰੰਮੀ ਨੂੰ ਉਹ ਢੋਲਕੀ ਦੀ ਤਰ੍ਹਾਂ ਵਰਤਦੇ ਆ ਅਤੇ ਬਹੁਤ ਸੁਰੀਲੀਆਂ ਧੁਨਾਂ ਆਪਣੀ ਡਰੰਮੀ ਦੇ ਵਿੱਚੋਂ ਹੀ ਕੱਢ ਲੈਂਦੇ ਆ। ਦੋਸਤੋ, ਸ਼ੌਂਕ ਦੀ ਗੱਲ ਕਰੀਏ ਤਾਂ ਬਾਈ ਰਾਮਾ ਰਾਮਕੋਟ ਦੱਸਦੇ ਆ ਕਿ ਜਦੋਂ ਉਹ ਪੜ੍ਹਦੇ ਸੀ ਤਾਂ ਉਹ ਸਕੂਲ ਵਾਲੀ ਜਿਹੜੀ ਫੱਟੀ ਹੁੰਦੀ, ਜਿਸ ਦੇ ਉੱਪਰ ਆਪਾਂ ਕਲਮ ਦਵਾਤ ਦੇ ਨਾਲ ਲਿਖਦੇ ਹਾਂ, ਉਸ ਦੇ ਉੱਪਰ ਉਹ ਢੋਲਕੀ ਵਜਾਇਆ ਕਰਦੇ ਸੀ। ਜਦੋਂ ਪੜ੍ਹਾਈ ਛੁੱਟੀ ਤਾਂ ਉਹ ਮਿਹਨਤ ਮਜ਼ਦੂਰੀ ਦੇ ਵਿੱਚ ਜ਼ਿਮੀਂਦਾਰਾਂ ਦੇ ਖੇਤਾਂ ਦੇ ਵਿੱਚ ਕੰਮ ਕਰਨ ਲੱਗੇ। ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਸੰਦਾਂ ਦੇ ਨਾਲ ਵਾਹ ਪਈ, ਕਈਆਂ ਕੁਹਾੜੀਆਂ ਅਤੇ ਸਪਰੇਅ ਵਾਲੀਆਂ ਡਰੰਮੀਆਂ ਦੇ ਨਾਲ ਪਈ, ਜਿਨ੍ਹਾਂ ਦੇ ਵਿੱਚ ਉਹਨਾਂ ਨੇ ਡਰੰਮੀ ਨੂੰ ਆਪਣੇ ਇੱਕ ਸਾਜ਼ ਵਜੋਂ ਵਰਤਿਆ ਅਤੇ ਡਰੰਮੀ ਦੇ ਉੱਪਰ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ। ਉਹ ਦੱਸਦੇ ਕਿ ਸਿਰਫ 4 ਕਲਾਸਾਂ ਹੀ ਪੜ੍ਹੇ ਹੋਏ ਆ, ਪਰ ਜਦੋਂ ਉਹਨਾਂ ਦੇ ਸਕੂਲ ਦੇ ਵਿੱਚ ਬਾਲ ਸਭਾਵਾਂ ਹੁੰਦੀਆਂ ਸੀ ਤਾਂ ਉਹ ਅਕਸਰ ਗਾਇਆ ਕਰਦੇ ਸੀ, ਫੱਟੀ ਦੇ ਉੱਪਰ ਢੋਲਕੀ ਵਜਾ ਕੇ ਆਪਣੇ ਟੀਚਰਾਂ ਤੋਂ ਕਾਫੀ ਜ਼ਿਆਦਾ ਪ੍ਰਸ਼ੰਸਾ ਹਾਸਲ ਕਰਦੇ ਸੀ। ਪਰ ਘਰ ਦੀਆਂ ਮਜਬੂਰੀਆਂ ਕਰਕੇ ਉਹਨਾਂ ਨੂੰ ਜਲਦ ਹੀ ਪੜ੍ਹਾਈ ਛੱਡ ਕੇ ਮਿਹਨਤ ਮਜ਼ਦੂਰੀ ਵਾਲੇ ਪਾਸੇ ਜਾਣਾ ਪਿਆ। ਰਾਮਾ ਰਾਮਕੋਟ ਦੱਸ ਚੁੱਕਿਆ ਦੋਸਤੋ, ਲੰਮੇ ਸਮੇਂ ਤੋਂ ਗਾਉਂਦਾ ਆ ਰਿਹਾ ਸੀ, ਪਰ ਉਹਨਾਂ ਨੇ ਆਪਣਾ ਪਹਿਲਾ ਗੀਤ ਫੇਸਬੁੱਕ ਦੇ ਉੱਪਰ ਪਾਇਆ ਸੀ। ਗੀਤ ਦਾ ਨਾਮ ਸੀ ਨੀ ਤੂੰ ਲੱਗੀ ਸਰਕਾਰੀ ਨੌਕਰੀ, ਮੁੰਡਾ ਖੇਤਾਂ ਵਿੱਚ ਨੱਚੇ ਮੋੜਦਾ। ਇਸ ਗੀਤ ਰਾਹੀਂ ਵੀ ਬਾਈ ਜੀ ਨੂੰ ਕਾਫੀ ਜ਼ਿਆਦਾ ਲੋਕਾਂ ਨੇ ਪਿਆਰ ਦਿੱਤਾ ਸੀ। ਦੋਸਤੋ, ਇੱਦਾਂ ਹੀ ਰਾਮਾ ਰਾਮਕੋਟ ਸੋਸ਼ਲ ਮੀਡੀਆ ਦੇ ਉੱਪਰ ਆਪਣੇ ਗੀਤ ਸ਼ੇਅਰ ਕਰਦੇ ਰਹਿੰਦੇ ਸੀ। ਸੋ ਇੱਕ ਦਿਨ ਉਹਨਾਂ ਦੀ ਲੱਗਿਆ ਕਿ ਕਿਸਮਤ ਸ਼ਾਇਦ ਹੁਣ ਖੁੱਲ੍ਹ ਜਾਊਗੀ। ਉਹਨਾਂ ਨੂੰ ਚੰਡੀਗੜ੍ਹ ਤੋਂ ਇੱਕ ਕਾਲ ਆਈ ਅਤੇ ਉਹਨਾਂ ਨੂੰ ਚੰਡੀਗੜ੍ਹ ਬੁਲਾ ਲਿਆ ਗਿਆ, ਜਿੱਥੇ ਉਹਨਾਂ ਦੇ 2 ਗੀਤ ਵੀ ਰਿਕਾਰਡ ਹੋਏ। ਪਹਿਲਾ ਗੀਤ ਸੀ ਜੇਬ ਖਰਚਾ ਅਤੇ ਦੂਜਾ ਸੀ ਫੋੜ, 2 ਗੀਤ ਰਿਕਾਰਡ ਹੋਏ। ਇਸ ਤੋਂ ਇਲਾਵਾ ਉਹਨਾਂ ਦੇ ਇੱਕ ਸ਼ੋਅ ਵੀ ਲੱਗਿਆ। 8 ਮਹੀਨੇ ਤੱਕ ਉਹ ਚੰਡੀਗੜ੍ਹ ਵਿੱਚ ਰਹੇ, ਪਰ ਮਾੜੀ ਕਿਸਮਤ ਰਾਮਾ ਰਾਮਕੋਟ ਦਾ ਖਹਿੜਾ ਛੱਡਣ ਦੇ ਲਈ ਅਜੇ ਤਿਆਰ ਨਹੀਂ ਸੀ। ਸੋ 2 ਗੀਤ ਰਿਕਾਰਡ ਕਰਨ ਤੋਂ ਬਾਅਦ ਫਿਰ ਤੋਂ ਰਾਮਾ ਰਾਮਕੋਟ ਦੇ ਹੱਥ ਅਸਫਲਤਾ ਲੱਗੀ ਅਤੇ ਉਹਨਾਂ ਨੂੰ ਖਾਲੀ ਹੱਥ ਆਪਣੇ ਪਰਿਵਾਰ ਕੋਲ ਵਾਪਸ ਆਪਣੇ ਪਿੰਡ ਪਰਤਣਾ ਪਿਆ ਅਤੇ ਫਿਰ ਤੋਂ ਖੇਤਾਂ ਦੇ ਵਿੱਚ ਮਿਹਨਤ ਮਜ਼ਦੂਰੀ ਸ਼ੁਰੂ ਕਰਨੀ ਪਈ। ਰਾਮਾ ਰਾਮਕੋਟ ਕਾਫੀ ਜ਼ਿਆਦਾ ਭਾਵੁਕ ਹੋ ਕੇ ਕਹਿੰਦੇ ਆ ਕਿ ਇਸ ਸਮੇਂ ਦੌਰਾਨ ਲੋਕਾਂ ਨੇ ਉਹਨਾਂ ਦਾ ਬਹੁਤ ਜ਼ਿਆਦਾ ਮਜ਼ਾਕ ਵੀ ਬਣਾਇਆ ਕਿ ਗਿਆ ਸੀ ਸਟਾਰ ਬਣ, ਉਹ ਆ ਗਿਆ, ਉਹੀ ਕਈ ਅਤੇ ਉਹੀ ਕੁਹਾੜਾ, ਕਈ ਤਰ੍ਹਾਂ ਦੇ ਤਾਨੇ ਰਾਮਾ ਰਾਮਕੋਟ ਨੂੰ ਮਾਰੇ ਗਏ। ਇਹ ਗੱਲਾਂ ਕਰਦੇ ਕਰਦੇ ਬਾਈ ਰਾਮਾ ਰਾਮਕੋਟ ਕਾਫੀ ਜ਼ਿਆਦਾ ਭਾਵੁਕ ਹੋ ਜਾਂਦੇ ਆ ਅਤੇ ਕਹਿੰਦੇ ਆ ਕਿ ਪਰਮਾਤਮਾ ਨੇ ਉਹਨਾਂ ਨੂੰ ਇੱਕ ਗੁਣ ਦਿੱਤਾ ਸੀ, ਪਰ ਇਹ ਦੁਨੀਆ ਨੇ ਉਹਨਾਂ ਦੇ ਇਸ ਗੁਣ ਦੀ ਬਿਲਕੁਲ ਵੀ ਕਦਰ
ਨਹੀਂ ਪਾਈ। ਰਾਮਾ ਰਾਮਕੋਟ ਕਹਿੰਦੇ ਆ ਕਿ ਉਹ ਕਿਸੇ ਤੋਂ ਨਾ ਤਾਂ ਕੋਈ ਹੈਲਪ ਮੰਗਦੇ ਆ, ਕਹਿੰਦੇ ਆ ਕਿ ਉਹ ਜੋ ਵੀ ਕਰਨਗੇ ਆਪਣੇ ਦਮ 'ਤੇ ਕਰਨਗੇ। ਜੇਕਰ ਉਹਨਾਂ ਦੇ ਵਿੱਚ ਕੋਈ ਟੈਲੈਂਟ ਆ, ਲੋਕਾਂ ਨੂੰ ਵਧੀਆ ਲੱਗੇ, ਤਾਂ ਜ਼ਰੂਰ ਲੋਕ ਉਹਨਾਂ ਨੂੰ ਇੱਕ ਦਿਨ ਸਟਾਰ ਬਣਾ ਦੇਣਗੇ। ਇਹ ਉਮੀਦ 'ਤੇ ਰਾਮਾ ਰਾਮਕੋਟ ਅੱਜ ਵੀ ਉਸੇ ਤਰ੍ਹਾਂ ਗਾਇਕੀ ਦੇ ਵਿੱਚ ਲੱਗੇ ਹੋਏ ਆ ਅਤੇ ਆਪਣੀਆਂ ਤਰਜ਼ਾਂ ਨੂੰ, ਆਪਣੇ ਸੁਰਾਂ ਨੂੰ ਹੋਰ ਸਵਾਰਨ ਦੀਆਂ ਆਸਾਂ ਰੱਖਦੇ ਆ। ਉਹਨਾਂ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੀ ਪਤਨੀ ਤੋਂ ਇਲਾਵਾ ਉਹਨਾਂ ਦੇ ਦੋ ਬੇਟੇ ਅਤੇ ਇੱਕ ਉਹਨਾਂ ਦੀ ਬੇਟੀ ਆ। ਦੋਸਤੋ, ਕਾਫ਼ੀ ਸਿੰਗਰਾਂ ਨੇ ਵੀ ਉਹਨਾਂ ਦੀ ਆਵਾਜ਼ ਸੁਣੀ, ਜਿਨ੍ਹਾਂ ਦੇ ਵਿੱਚੋਂ ਬੱਬੂ ਮਾਨ ਵੀ ਇੱਕ ਆ। ਸੋ ਉਮੀਦ ਕੀਤੀ ਜਾ ਰਹੀ ਹੈ ਕਿ ਜਿਵੇਂ ਦਰਸ਼ਨ ਲੱਖੇਵਾਲਾ ਨੂੰ ਬੱਬੂ ਮਾਨ ਨੇ ਸਟਾਰ ਬਣਾਤਾ, ਉਸੇ ਤਰ੍ਹਾਂ ਹੀ ਸ਼ਾਇਦ ਰਾਮਾ ਰਾਮਕੋਟ ਦੀ ਕਿਸਮਤ ਵੀ ਬੱਬੂ ਮਾਨ ਬਾਈ ਬਦਲਣਗੇ। ਸੋ ਤੁਹਾਨੂੰ ਰਿਕੁਐਸਟ ਆ ਕਿ ਇਸ ਵੀਡੀਓ ਨੂੰ ਇੰਨਾ ਸ਼ੇਅਰ ਕਰੋ ਤਾਂ ਕਿ ਇਹ ਵੱਡੇ ਵੱਡੇ ਸਿੰਗਰਾਂ ਤੱਕ ਪਹੁੰਚ ਸਕੇ, ਬਾਈ ਬੱਬੂ ਮਾਨ ਤੱਕ ਇਹ ਵੀਡੀਓ ਪਹੁੰਚ ਸਕੇ ਅਤੇ ਉਹ ਵੀ ਰਾਮਾ ਰਾਮਕੋਟ ਦੀ ਆਵਾਜ਼ ਸੁਣ ਕੇ ਦਰਸ਼ਨ ਲੱਖੇਵਾਲੇ ਵਾਂਗ ਬਾਈ ਰਾਮਾ ਰਾਮਕੋਟ ਦੀ ਮਦਦ ਕਰਨ। ਸੋ ਇਹ ਤੁਹਾਡੇ 'ਤੇ ਕਿ ਤੁਸੀਂ ਇਸ ਵੀਡੀਓ ਨੂੰ ਕਿੰਨਾ ਕੁ ਸ਼ੇਅਰ ਕਰਦੇ ਹਾਂ। ਇਸ ਤੋਂ ਇਲਾਵਾ ਵੀਡੀਓ ਨੂੰ ਲਾਈਕ ਜ਼ਰੂਰ ਕਰੋ, ਕਮੈਂਟ ਕਰੋ। ਥੈਂਕ ਯੂ ਸੋ ਮੱਚ।